ਪਨਾ ਨੰਬਰ 13 ਨਿਬੰਧਾਤਮਕ ਉੱਤਰ ਵਾਲਾ ਪ੍ਰਸ਼ਨ ਪ੍ਰਸ਼ਨ ਅਖਾਣ ਕੀ ਹੁੰਦੀ ਹੈ ਇਸ ਸੰਕਲਪ ਨੂੰ ਸਪਸ਼ਟ ਕਰੋ ਉੱਤਰ ਅਖਾਣਿਕ ਜਿਹੜਾ ਕਾਵਮਈ ਵਾਕ ਹੁੰਦਾ ਹੈ ਜਿਸ ਵਿੱਚ ਜੀਵਨ ਦੀ ਕੋਈ ਅਟਲ ਸਚਾਈ ਕਹੀ ਹੁੰਦੀ ਹੈ ਇਸ ਵਿੱਚ ਕਿਸੇ ਸੱਭਿਆਚਾਰ ਦੇ ਪੀੜੀਆਂ ਦੇ ਅਨੁਭਵ ਦਾ ਨਿਚੋੜ ਭਰਿਆ ਹੁੰਦਾ ਹੈ ਜਿਸ ਨੂੰ ਛੁਟਲਾਉਣਾ ਸੰਭਵ ਨਹੀਂ ਹੁੰਦਾ ਅਖਾਣ ਸਭਿਆਚਾਰ ਤੇ ਲੋਕ ਸਾਹਿਤ ਦਾ ਅੰਗ ਹੁੰਦੇ ਹਨ ਤੇ ਇਹਨਾਂ ਦੀ ਵਰਤੋਂ ਸਰੋਤੇ ਆਪਣੇ ਗੱਲ ਨੂੰ ਪ੍ਰਭਾਵਸ਼ਾਲੀ, ਸੁਆਦਲੀ ਤੇ ਮੰਨਣਯੋਗ ਬਣਾਉਣ ਲਈ ਸੁੱਤੇ ਸਿੱਧੇ ਹੀ ਕਰਦੇ ਹਨ। ਕਈ ਵਾਰੀ ਪ੍ਰਸਿੱਧ ਕਵੀਆਂ ਦੀਆਂ ਤੁਕਾਂ ਵੀ ਅਖਾਣਾ ਦੇ ਰੂਪ ਵਿੱਚ ਪ੍ਰਚਲਿਤ ਹੋ ਜਾਂਦੀਆਂ ਹਨ। ਗੱਲਬਾਤ ਵਿੱਚ ਆਮ ਕਰਕੇ ਜਦੋਂ ਅਖਾਣ ਦੀ ਵਰਤੋਂ ਹੁੰਦੀ ਹੈ ਤਾਂ ਇਹ ਅਗਲੇ ਨੂੰ ਨਿਰੁੱਤਰ ਕਰਕੇ ਰੱਖ ਦਿੰਦੀ ਹੈ। ਕਈ ਵਾਰੀ ਇਸ ਵਿੱਚ ਅਜਿਹਾ ਤਿੱਖਾ ਵਿਅੰਗ ਹੁੰਦਾ ਹੈ ਜੋ ਚੋਬ ਵੀ ਤਿੱਖੀ ਮਾਰਦਾ ਹੈ ਪਰੰਤੂ ਦਰਦ ਵੀ ਨਹੀਂ ਹੋਣ ਦਿੰਦਾ। ਜੇ ਹੋਵੇ ਵੀ ਤਾਂ ਅੰਦਰੇ ਅੰਦਰ ਪੀਣੀ ਪੈਂਦੀ ਹੈ ਪੰਜਾਬੀ ਬੋਲੀ ਵਿੱਚ ਜੀਵਨ ਦੇ ਹਾਰ ਪੱਖ ਨਾਲ ਸੰਬੰਧਿਤ ਅਖਾਣ ਮੌਜੂਦ ਹੁੰਦੇ ਹਨ ਜਿਨ੍ਹਾਂ ਵਿੱਚੋਂ ਪੰਜਾਬੀ ਸਭਿਆਚਾਰ ਦੀ ਲਿਸ਼ਕੋਰਾ ਮਾਰ ਦੀ ਤਸਵੀਰ ਚਲਕਦੀ ਹੈ ਇਹਨਾਂ ਵਿੱਚੋਂ ਪੰਜਾਬੀ ਸਭਿਆਚਾਰ ਦੇ ਕੰਮ ਕੀਤੇ ਰਹਿਣ ਸੈਣ ਖਾਣ ਪੀਣ ਸੁਭਾਅ ਵਾਤਾਵਰਣ ਦੁੱਖ ਸੁੱਖ ਮਾਨਸਿਕਤਾ ਤੇ ਕਦਰਾਂ ਕੀਮਤਾਂ ਦੀ ਸੰਪੂਰਨ ਚਲਕ ਮਿਲਦੀ ਹੈ ਇਹਨਾਂ ਵਿੱਚ ਇਤਿਹਾਸਿਕ ਹਵਾਲੇ ਵੀ ਮਿਲਦੇ ਹਨ ਅਖਾਂ ਜਿੱਥੇ ਸਾਡੀ ਗੱਲਬਾਤ ਨੂੰ ਜ਼ੋਰਦਾਰ ਸਵਾਦਲੀ ਤੇ ਮੰਨਣਯੋਗ ਬਣਾਉਂਦੇ ਹਨ ਉਥੇ ਸਾਡੇ ਚਰਿੱਤਰ ਦੀ ਉਸਾਰੀ ਵਿੱਚ ਵੀ ਮਹੱਤਵਪੂਰਨ ਰੋਲ ਅਦਾ ਕਰਦੇ ਹਨ ਜ਼ਰਾ ਦੇਖੋ ਨਮੂਨਾ ਊੜਾ ਕਣਕ ਖੇਤ ਕੁੜੀ ਪੇਟ ਆਜਵਾਈਆਂ ਮੰਡੇ ਖਾ ਐਡਾ ਟੱਗਿਆ ਤੈਨੂੰ ਚੋਰ ਲੈ ਜਾਣ ਯਾਰਾਂ ਪੱਠੇ ਖਾਣੇ ਈੜੀ ਫਿੱਟ ਇਹੇ ਵਾਜੀਆ ਖਾ ਢੱਬਦਾਇਆ ਸੱਸਾ ਕਰ ਮਜ਼ੂਰੀ ਖਾਹਾ ਚੂਰੀ ਹਾਹਾ ਕਿੱਡੋਂ ਭੁਖੀ ਡਕਾਰ ਮਖਾਨਿਆਂ ਦੀ ਕਕਾ ਕੁਛੜ ਕੁੜੀ ਤੇ ਪਿੰਡ ਟੰਡੋਰਾ ਖਖਾ ਉੱਠ ਨਾ ਹੋਵੇ ਤੇ ਫਿੱਟੇ ਮੂੰਗੋਟਿਆਂ ਦਾ ਗੱਗਾ ਖੇਤੀ ਖਸਮਾ ਸੇਤੀ ਕੱਗਾ ਗਿੱਦੜ ਦਾਖਣਾ ਪੜੇ ਆਖੇ ਥੂ ਕੋੜੀ